पंजाब दे विच दिनों दिन वध रहीयां अपराधक घटनावां इस नूं यूपी दे बराबर कर रहीयां ने। पंजाब हुण हौली हौली यूपी बनदा जा रहा है, इत्थे गुंडा राज पैदा हो चुका है। सिर्फ अपराधक घटनावां नूं अंजाम देण वाले लोकां दी ही इत्थे चलदी है। आए दिन अजिहियां खबरां सुणन नूं मिलदियां ने कि किसे नूं मौत दे घाट उतार दित्ता गया जां फिर वड्डी लुट दी वारदात कर दित्ती गई। अमृतसर तो एक बार फिर कुछ अजिहियां तस्वीरां सामने आ रहीयां ने जिथे चोरां दे वल्लों पिस्तौल दी नोक ते लुट करन दी कोशिश कीती गई। 12 साल दी बच्ची दी बहादुरी ने इन्हां दे मनसूबे कामयाब नहीं होण दित्ते। तुहानूं दस दईए कि लुटेरियां दे वल्लों अपनी जान बचाउण दे चक्कर दे विच इक नौजवान नूं ही गोली मार दित्ती गई। की नाम है तुहाडा? हरभजन कौर। ਹਾਂਜੀ, ਕੀ ਆ ਗਿਆ ਸਵੇਰੇ? ਇਦਾਂ ਮੈਂ ਸਵੇਰੇ ਦੁਕਾਨ 'ਚ ਬੈਠੀ ਸੀ ਅਤੇ ਫੋਲਡਿੰਗ 'ਤੇ, ਅਤੇ ਆ ਕੇ ਚਾਰ ਬੰਦੇ ਆਏ ਯਕਦਮ। ਉਹਨਾਂ ਨੇ ਆ ਕੇ ਮੇਰਾ ਗੱਲਾਂ ਘੋਪਤਾ, ਦੋਵਾਂ ਨੇ ਆ ਗੱਲਾਂ ਨਪਤਾ। ਦੋ ਮੁੰਡੇ ਅੰਦਰ ਆ ਗਏ ਆ, ਪਤਾ ਨਹੀਂ ਲੱਗਾ ਮੇਰੇ ਉਸ ਸਮੇਂ 'ਚ ਨਹੀਂ ਆਏ ਗਏ। ਮੂੰਹ ਸਿਰ ਉਹਨਾਂ ਦੇ ਲਵੇਟੇ ਸੀ, ਅੱਖਾਂ ਸਿਰ ਖੁੱਲੀਆਂ ਸੀ, ਹੋਰ ਕੁਛ ਨਜ਼ਰ ਨਹੀਂ ਆਇਆ। ਕਿੰਨੇ ਵਜੇ ਤੁਹਾਡੇ ਵੱਲੋਂ ਦੁਕਾਨ ਖੋਲ੍ਹੀ ਜਾਂਦੀ ਹੈ ਜੀ? ਅਸੀਂ ਉੱਦਾਂ 7 ਵਜੇ ਖੋਲ੍ਹਦੇ ਹਾਂ ਅਤੇ 7:30 ਵਜੇ ਤੱਕ ਆਏ ਹੈ। ਕਿੰਨੇ ਨੌਜਵਾਨ ਆਏ ਜੀ ਤੁਹਾਡੇ? 4 ਬੰਦੇ ਆਏ ਸੀ ਅੰਦਰ। ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ? ਇੱਕ ਦਾਤਰ ਸੀ ਅਤੇ ਇੱਕ ਪਿਸਤੌਲ ਸੀ। ਕਿੰਨੇ ਦੀ ਲੁੱਟ ਕਰਕੇ ਲੈ ਗਏ ਤੁਹਾਡੇ ਘਰੋਂ? 35-40 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਅਤੇ 4 ਮੋਬਾਈਲ? 4 ਮੋਬਾਈਲ। ਅਤੇ ਕਿਸੇ ਨੂੰ ਗੋਲੀ ਵੀ ਲੱਗੀ ਹੈ ਜੀ ਤੁਹਾਡੇ ਪਰਿਵਾਰ ਨਾਲ? ਪਰਿਵਾਰ 'ਚ ਨਹੀਂ ਲੱਗੀ, ਮੁੰਡਾ ਵੱਡਾ ਆਇਆ ਸੀ ਉਧਰੋਂ ਖਾਲਸਾ ਨਗਰ 'ਚ ਬਲਾਟਾਂ 'ਚ, ਅਤੇ ਉਹਦੇ ਨਾਲ ਗੁਆਂਢੀ ਗਏ ਸੀ। ਉਹ ਮੁੰਡਾ ਆਇਆ ਨਾਲ ਤਾਂ ਉਹਨੂੰ ਗੋਲੀ ਵੱਜ ਕੇ ਪੱਟਤੇ। ਉਹ ਬਾਹਰ ਜਾ ਕੇ ਉਹਨਾਂ ਨੇ ਚਲਾਈ ਗੋਲੀ, ਇੱਥੇ ਨਹੀਂ ਚਲਾਈ ਅੰਦਰ। ਮੇਰਾ ਨਾਂ ਜੀ ਰਜਿੰਦਰ ਸਿੰਘ। ਕੀ ਆ ਜੀ ਇੱਥੇ, ਕਿੱਥੋਂ ਦੇ ਰਹਿਣ ਵਾਲੇ? ਮੈਂ ਜੀ ਇੱਧਰ ਭਾਈ ਮੰਜ ਰੋਡ ਮਾਤਾ ਗੰਗਾ ਜੀ ਨਗਰ ਨਿਵਾਸੀ ਹਾਂ। ਕੀ ਆ ਜੀ ਅੱਜ ਤੁਹਾਡੇ ਘਰ ਸਵੇਰੇ ਜਿਹੜੇ ਲੁਟੇਰੇ ਆਏ? ਅੱਜ ਸਵੇਰੇ 7:45 ਵਜੇ 4 ਲੁਟੇਰੇ ਅੰਦਰ ਆ ਗਏ ਸਾਡੇ ਘਰ 'ਚ। ਦੁਕਾਨ ਹੁਣੇ ਦਾਖਲ ਹੋ ਗਏ। ਇੱਕ ਦੇ ਹੱਥ 'ਚ ਹੈਗੀ ਸੀ ਪਿਸਤੌਲ ਅਤੇ ਇੱਕ ਦੇ ਹੱਥ 'ਚ ਦਾਤਰ ਸੀ। ਉਹ ਸਾਡੇ ਕੋਲੋਂ ਮਤਲਬ ਕਿ ਪੈਸੇ ਧੇਰਾ ਲੁੱਟਣ ਨੂੰ ਪਏ ਆ, ਅਤੇ ਉਹਨਾਂ ਨੇ ਮੈਨੂੰ ਮਾਰਿਆ ਕੁੱਟਿਆ ਵੀ ਆ, ਅਤੇ ਉਹ 35-40 ਹਜ਼ਾਰ ਰੁਪਈਆ ਲੁੱਟ ਕੇ ਲੈ ਗਏ ਅੰਦਰੋਂ, ਅਤੇ ਨਾਲ ਸਾਡੇ 4 ਮੋਬਾਈਲ ਸੀ ਸੈਮਸੰਗ ਦੇ, ਉਹ ਵੀ ਲੈ ਕੇ ਚੁੱਕੇ। ਸਾਡੀ ਦੁਕਾਨ ਥਾਣੇ ਐਂਟਰ ਹੋਏ ਸੀ? ਹਾਂਜੀ, ਦੁਕਾਨ ਬਾਹਰ ਕਰਨੇ ਦੀ, ਉਹ ਹੁਣ ਐਂਟਰ ਹੋਏ ਸੀ ਜੀ। ਕੀ ਕਾਰਵਾਈ ਹੋਣੀ ਚਾਹੀਦੀ ਹੈ ਜੀ? ਕਾਰਵਾਈ ਇਹਨਾਂ ਫੜਿਆ ਜਾਵੇ ਜੀ, ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਫਿਲਹਾਲ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਹੈ ਤੇ ਪੂਰੇ ਮਾਮਲੇ ਦਾ ਵੇਰਵਾ ਲੈਣ ਦੇ ਵਿੱਚ ਲੱਗੀ ਹੋਈ ਹੈ। ਥੋੜੀ ਜੀ ਥਾਣਾ ਸੁਲਤਾਨਪੁਰ ਦੇ ਏਰੀਆ ਜੀ, ਭਾਈ ਮੰਝ ਰੋਡ ਤੇ ਜਿੱਦੀ ਹਰਭਜਨ ਕੌਰ ਦੀ ਇੱਕ ਛੋਟੀ ਜਿਹੀ ਦੁਕਾਨ ਆ ਕਰਿਆਨੇ ਦੀ। ਇੱਥੇ ਸਵੇਰੇ ਕੋਈ 8 ਵਜੇ ਦੇ ਕਰੀਬ 6 ਜਣੇ ਆਏ, 2 ਮੋਟਰਸਾਈਕਲ ਦੇ ਟੁੱਟਣ ਦੇ ਨਾਲ ਬੈਠੇ, ਪਰ ਇਹਨਾਂ ਬਜ਼ੁਰਗ ਮਾਤਾ ਦਾ ਗਲਾ ਘੁੱਟ ਕੇ ਇਹਨਾਂ ਦੇ ਅੰਦਰੋਂ 10,000 ਰੁਪਈਆ ਖੋਹ ਦੇ। ਜਦੋਂ ਗਲੀ ਜਾਣ ਲੱਗੇ ਤਾਂ ਅੱਗੇ 2 ਮੁੰਡੇ ਸੀ, ਕਿਹਨਾਂ ਦਾ ਬੇਟਾ ਖਾਲਸਾ ਨਗਰ ਵਾਲਾ ਆਇਆ, ਨਾਲ ਇੱਕ ਹੋਰ ਲੜਕਾ ਸੀ, ਉਹ ਨਾਲ ਰੌੜੀ ਪਾਈ ਵੀ ਬੰਦੇ ਪੈ ਗਏ, ਉਹਨੇ ਜਾਂਦੇ ਆਉਂਦਾ ਫਾਇਰ ਕੀਤਾ। ਜਿਹੜਾ ਇੱਕ ਲੜਕਾ ਅਰਸ਼ਦੀਪ ਸੀ ਉਹਦੀ ਲੱਤ 'ਤੇ ਲੱਗਿਆ, ਜਿਹੜਾ ਜੇਲ੍ਹ ਲੈ ਜਾ ਅਤੇ ਡੇਂਜਰ ਤੋਂ ਮਤਲਬ ਕਿ ਲਾਈਫ ਤੋਂ ਬਾਹਰ ਹੀ ਆਉਣ, ਖਤਰਾ ਕੋਈ ਨਹੀਂ ਜਾਣ ਨੂੰ, ਆਊਟ ਆਫ ਡੇਂਜਰ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ ਦੇ ਨਾਲ ਦਾ ਟੀਵੀ ਐਨ ਆਰ ਰਾਈ।